ਅਸਲਾਮ ਵਾਲੇਕੁਮ, ਮੇਰਾ ਨਾਂ ਇਕਬਾਲ ਹੁਸੈਨ ਹੈ। ਮੈਂ ਮੌਜਾ ਪੱਕਾ ਨਾਇਜ ਦੇ ਰਹਿਣ ਵਾਲਾ ਅਤੇ ਤਹਿਸੀਲ ਅਲੀਪੁਰ, ਜ਼ਿਲ੍ਹਾ ਮੁਜ਼ੱਫਰਗੜ੍ਹ। 2 ਏਕੜ ਮੇਰੀ ਕਾਸ਼ਤ ਹੈ ਅਤੇ ਤਕਰੀਬਨ ਅਸਾਂ ਰਹਿੰਦੂ ਗੰਦਮ ਅਤੇ ਕਪਾਸ ਅਤੇ ਤਕਰੀਬਨ ਸਾਡੀ ਇੱਥਾਂ ਕਿਰ 40 ਸਾਲ ਤੋਂ ਅਸਾਂ ਬੈਠੇ ਹੋਏ ਇੱਥਾਂ। ਆਪਣਾ ਮਾਲ ਡੰਗਰ ਵੀ ਹਨ, ਗਾਹ ਸ਼ਾਇਦ ਰਹਿੰਦੂ। ਸਾਡੀ ਆਟਾ ਚੱਕੀ ਹੈ, ਉਹਦੇ ਬਾਅਦ ਅਸਾਂ ਵਿੱਚ ਸਰਿਆਂ ਵੀ ਕਾਸ਼ਤ ਕਰ ਗਿੰਦੇ ਸੀ। ਟਿਊਬਵੈਲ ਹੈ ਆਪਣਾ ਸਾਡਾ। ਹੋਰ ਬਿਜਲੀ ਦੇ ਚੱਲਦਾ ਹੀ, ਉਹਦੇ ਬਾਅਦ ਵਾਲਾ ਬਿੱਲ ਹੈ ਜ਼ਿਆਦਾ ਭਿਜੇਂਦੇ ਹਨ। ਦੂਜੀ ਗੱਲ ਹੈ ਵਾਲਾ ਲੋਡ ਸ਼ੈਡਿੰਗ, ਸਾ ਕੋ ਮਜਬੂਰਾਂ ਨੇ ਇਹਨਾਂ ਦੇ ਮਹਾਂਗੇ ਟਾਈਮ ਚਲਾਉਣਾ ਪੈਂਦਾ, ਬੋਰ ਚਲੇਂਦੇ ਆ ਸੇ ਪਿੱਛੇ ਬਿੱਲ ਉਹਨੇ ਲੱਖ ਲੱਖ, ਡੇਢ ਡੇਢ ਲੱਖ, 50,000, 60,000, 90,000, 80,000। ਬਿਜਲੀ ਵਾਲੇ ਨੂੰ ਪਰੇਸ਼ਾਨ ਥੀ ਦੇ ਤੇ ਇੱਕ ਦੋਸਤ ਹੈ ਮੇਰਾ, ਉਹ ਆ ਕੇ ਤੂੰ ਯਾਰ ਕਿਉਂ ਪਰੇਸ਼ਾਨ ਹੈ? ਮੈਂ ਕਿ ਯਾਰ ਬਿੱਲ ਭਰ ਭਰ ਤੇ ਮੈਂ ਇਤਨਾ ਪਰੇਸ਼ਾਨ ਹਾਂ ਕਿ ਮੈਂ ਤੰਗ ਆ ਗਿਆ ਇਹਨਾਂ ਬਿਜਲੀ ਵਾਲਿਆਂ ਕੋਲੋਂ। ਪਿੱਛੇ ਦੋਸਤ ਹੈ ਇੱਕ ਏਸੀਯੂ ਬੈਂਕ, ਉਹ ਐਨ ਇੱਥੇ ਮੇਰਾ ਵਿਜ਼ਿਟ ਕੀਤੇ ਨੇ, ਮੇਰਾ ਬੋਰ ਚੈੱਕ ਕੀਤੇ ਨੇ, ਚੱਲਦਾ ਪਿਆ ਬਿਜਲੀ ਦਾ ਉਹ ਟਾਈਮ। ਠੀਕ ਹੈ, ਚੈੱਕ ਕੀਤੇ ਨੇ ਸਰ, ਮੇਰੇ ਨਾਲ ਤਾਂ ਹੁਣ ਕੀਤੇ ਯੂ ਬੈਂਕ ਨੇ। ਮੈਂ ਗਈਆਂ ਤਕਰੀਬਨ 3 ਦਿਨਾਂ 'ਚ ਫਾਈਲ ਮੁਕੰਮਲ ਕੀਤੀ ਇਹਨੇ, ਤਕਰੀਬਨ 6 ਤੋਂ 7 ਦਿਨਾਂ 'ਚ ਮੇਰੇ ਕੋਲ ਫਾਈਨਲ 'ਚ ਵਾਦੇ ਦਿੱਤੇ ਨੇ। ਮੇਰੀ ਬਿਜਲੀ ਤੂੰ ਇਹਨੇ ਜਾਨ ਛੁਡਵਾਈ ਹੈ। ਅੱਛਾ, ਜਿਹੜਾ ਤਾਂ ਸੋਲਰ ਦਾ ਮੇਰਾ ਬੋਰ ਚੱਲੇ, ਸਾ ਕੋਈ ਇਤਨਾ ਸਹੂਲਤ ਪਈ ਹੈ, ਸਾਡਾ ਫਸਲਾਂ ਵੀ ਚੰਗੀਆਂ ਥੀਵਣ ਪਏ ਗਏ ਨੇ। ਦੂਜੀ ਗੱਲ ਹੈ ਕੋਈ ਸਾ ਕੋਈ ਮੁਸ਼ਕਿਲ ਕਾ ਨਹੀਂ, ਠੀਕ ਹੈ, ਬੋਰ ਸਾਡਾ ਚੱਲਦੇ ਮਾਸ਼ਾਅੱਲਾ, ਕਿਰਾਏ ਦੇ ਚੱਲੇ ਨਾ, ਕਿਰਾਏ ਤੋਂ ਪਾਣੀ ਜਿਹੜੇ ਬੰਦ ਥੀ ਵੇਂਦੇ ਬਲਾ, ਉਹਦੇ ਬਾਅਦ ਚੱਕੀ ਚਲਾ ਰਹਿੰਦਾ ਸਾ। ਸੋਲਰ ਦਾ ਇਹ ਸਾਕੂ ਮੁਫਾਦ ਮਿਲੇ, ਬੜਾ ਮੁਫਾਦ ਮਿਲੇ ਸਾਕੂ। ਹੁਣ ਫਿੱਟ ਇਸੇ ਸਾਕੂ ਬਿਜਲੀ ਦੀ ਟੈਨਸ਼ਨ ਵੀ ਕਾ ਨਹੀਂ, ਸਾਡਾ ਆਪਣਾ ਕਰੰਟ ਹੈ, ਪਲੇਟ ਆਇਨ ਪਿਆ ਸਾ, ਕੋਈ ਮਸਲਾ ਹੀ ਕਾ ਨਹੀਂ। ਹੁਣ ਫਿੱਟ ਹੈ ਸਾਡਾ ਮਾਹੌਲ, ਪਹਿਲੇ ਤਾਂ ਅਸਾਂ ਤੰਗ ਆ ਸੇ ਖੁਦ ਬਿਜਲੀ ਬਣੋ, ਹੁਣ ਮਾਸ਼ਾਅੱਲਾ ਹੁਣ ਠੀਕ ਹੈ ਮਾਹੌਲ ਸਾਡਾ।